ਕੋਵਿਡ-19 ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਲੌਕਡਾਊਨ ਕਰ ਦਿੱਤਾ ਹੈ। ਇਹ ਮਹਾਮਾਰੀ ਫਿਲਹਾਲ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਬੀਤੇ ਕਈ ਦਿਨਾਂ ਤੋਂ ਸੁਣਨ ਨੂੰ ਮਿਲ ਰਿਹਾ ਸੀ ਕਿ ਚੀਨ ਵਿੱਚ ਕੋਰੋਨਾ ਮਾਮਲੇ ਘਟ ਗਏ ਹਨ, ਪਰ ਹੁਣ ਦੁਬਾਰਾ ਇੱਥੇ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਚੀਨ ਵਿੱਚ ਕੋਵਿਡ-19 ਦੇ 48 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉੱਥੇ ਇਸ ਦੌਰਾਨ ਇੱਕ ਮੌਤ ਵੀ ਹੋਈ ਹੈ। ਹੁਣ ਤੱਕ ਚੀਨ ਵਿੱਚ ਕੋਰੋਨਾ ਕਾਰਨ 3,305 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਚੀਨੀ ਮੁੱਖ ਭੂਮੀ 'ਤੇ ਸੋਮਵਾਰ ਨੂੰ ਵਾਇਰਸ ਦਾ ਕੋਈ ਵੀ ਘਰੇਲੂ ਮਾਮਲਾ ਦਰਜ ਨਹੀਂ ਕੀਤਾ ਗਿਆ, ਭਾਵੇਂ ਕਿ ਇਸੇ ਦੌਰਾਨ 48 ਨਵੇਂ ਆਇਤਿਤ ਮਾਮਲਿਆਂ ਨਾਲ 771 ਮਾਮਲੇ ਸਾਹਮਣੇ ਆਏ ਹਨ। ਚੀਨ ਵਿੱਚ ਸੋਮਵਾਰ ਤੱਕ ਪੌਜ਼ਿਟਿਵ ਮਾਮਲਿਆਂ ਦਾ ਅੰਕੜਾ 81,518 ਤੱਕ ਪਹੁੰਚ ਗਿਆ, ਜਿਸ ਵਿੱਚ 3,305 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,161 ਰੋਗੀਆਂ ਦਾ ਇਲਾਜ ਹਾਲੇ ਵੀ ਜਾਰੀ ਹੈ। ਉੱਥੇ 76,502 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।